ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਲਓ ਵੀਰ ਜੀ, ਜਿਵੇਂ ਕਿ ਤੁਹਾਨੂੰ ਨਵੇਂ ਤੋਂ ਨਵਾਂ ਆਪਾਂ ਸ਼ੌਂਕ ਕਰਾਉਂਦੇ ਰਹਿੰਦੇ ਹਾਂ, ਅਤੇ ਅੱਜ ਇੱਕ ਹੋਰ ਸ਼ੌਂਕ, ਨਵੇਂ ਕਬੂਤਰ, ਨਵੇਂ ਖਿਡਾਰੀ। ਅਤੇ ਪਿੰਡ ਪਹੁੰਚ ਚੁੱਕਿਆ ਮਹੇਰ ਨਾਕਲਾ ਏਰੀਆ, ਜਿਹੜਾ ਹੈਗਾ ਆ ਡੇਲੋਂ ਏਰੀਆ ਪੈ ਜਾਂਦਾ। ਅਤੇ ਕਬੂਤਰ ਬਾਈ ਦੇ ਰੱਖੇ ਹੋਏ ਨੇ, ਗੁਰਪ੍ਰੀਤ ਵੀਰ ਬੈਠੇ ਹੋਏ ਨੇ, ਸਬਜ਼ੀ ਦਾ ਬਾਈ ਕੰਮ ਕਰਦੇ ਨੇ। ਸ਼ੌਂਕ ਬਹੁਤ ਜ਼ਿਆਦਾ ਅਤੇ ਚੋਰੀ ਦਾ ਡਰ ਸੀ, ਉਰੇ ਲਗਾਇਆ ਆਪਾਂ ਹੂਟਰ ਸਿਸਟਮ। ਅਤੇ ਉਰੇ ਹੂਟਰ ਸਿਸਟਮ ਲਗਾ ਦਿੱਤਾ ਚੋਰੀ ਤੋਂ ਬਚਾਅ ਵਾਸਤੇ, ਕਿਉਂਕਿ ਸਰਦੀਆਂ ਦੇ ਦਿਨ ਨੇੜੇ ਆ ਰਿਹਾ। ਅਤੇ ਨਾਲ ਚਿੱਟੇ ਕੁੜਤੇ ਪਜਾਮੇ ਦੇ ਵਿੱਚ ਬੈਠੇ ਨੇ ਵੀਰ ਸੋਨੀ ਮਹਿਰਨਾ, ਅਤੇ ਬਹੁਤ ਪ੍ਰੇਮ ਆ ਗੁਰਪ੍ਰੀਤ ਬਾਈ ਦਾ ਸੋਨੀ ਬਾਈ ਦੇ ਨਾਲ। ਬਹੁਤ ਵਧੀਆ ਨਸਲ ਦੇ ਜਿਹੜੇ ਬਾਈ ਹੋਣਾ ਦੇ ਕੋਲ ਕਬੂਤਰ ਨੇ, ਨਾਲ ਬਾਈ ਆਪਣਾ ਬੈਠਾ ਗੋਲਾ ਪੱਖੋਵਾਲ ਤੋਂ। ਸਰਦੀਆਂ ਦੇ ਵਿੱਚ ਚੋਰੀ ਹੋਣ ਦੇ ਕਰਕੇ ਬਾਈ ਜੀ ਹਰ ਕਿਸੇ ਨੂੰ ਖਤਰਾ ਰਹਿੰਦਾ, ਕਿਉਂਕਿ ਮਿਹਨਤਾਂ ਕੀਤੀਆਂ ਉਮਰ ਭਰ ਦੀ ਕਮਾਈ ਜਿਹੜੀ ਹੈਗੀ ਆ ਮਿੰਟਾਂ ਦੇ ਵਿੱਚ ਬਰਬਾਦ। ਨਸ਼ੇ ਪੱਤੇ ਵਾਲੇ ਕਹਿ ਲਓ ਜਾਂ ਲਾਗਤਬਾਜ਼ੀ ਵਾਲੇ ਬੰਦੇ ਕਹਿ ਲਓ, ਭੇਤੀ ਬੰਦੇ ਜਿਹੜੇ ਜ਼ਿਆਦਾਤਰ ਇਹ ਕੰਮ ਕਰਾਉਂਦੇ ਨੇ। ਇਹ ਤੁਸੀਂ ਬਾਈ ਦੇ ਖੁੱਡੇ ਦੇਖ ਰਹੇ ਹੋ ਸਾਹਮਣੇ, ਅਤੇ ਉੱਪਰ ਵੀ ਖੁੱਡਾ ਬਹੁਤ ਵੱਡਾ ਬਾਈ ਨੇ ਬਣਾਇਆ, ਕਵਰ ਕਰ ਦਿੱਤੇ ਨੇ, ਚੋਰੀ ਦਾ ਜਿਹੜਾ ਕੋਈ ਖਤਰਾ ਨਹੀਂ ਰਹਿ ਜਾਂਦਾ ਹੈਗਾ ਜੀ। ਅਤੇ ਹੋਰ ਬਾਈ ਜੀ ਕੀ ਹਾਲ ਚਾਲ ਆ? ਠੀਕ ਠਾਕ। ਕਿੰਨੀ ਦੇਰ ਹੋ ਗਈ ਆਪਾਂ ਕਬੂਤਰ ਰੱਖਿਆ ਨੂੰ? ਛੋਟੇ ਹੁੰਦੇ ਰੱਖੇ ਹੋਏ ਆ। ਅਤੇ ਕੰਮ ਸਬਜ਼ੀ ਦਾ ਹੀ ਚੱਲਦਾ ਸ਼ੁਰੂ ਤੋਂ? ਠੀਕ ਆ, ਠੀਕ ਆ। ਅਤੇ ਕਬੂਤਰ ਜਿਹੜੇ ਹੈਗੇ ਆ, ਬਾਜ਼ੀਆਂ ਕਦੋਂ ਦੀਆਂ ਆਪਾਂ ਛੱਡਣੀਆਂ ਸ਼ੁਰੂ ਕੀਤੀਆਂ? ਠੀਕ ਆ। ਹੋਰ ਸੋਨੀ ਵੀਰ ਕੀ ਹਾਲ ਆ? ਸੋਨੀ ਬਾਈ ਹੁਣੀ ਕਬੱਡੀ ਦੇ ਟੌਪ ਦੇ ਰੇਡਰ ਵੀ ਰਹਿ ਚੁੱਕੇ ਨੇ ਬਾਈ ਜੀ। ਕਿੰਨੀ ਦੇਰ ਖੇਡੀ ਆ ਕਬੱਡੀ? 10-12 ਸਾਲ ਖੇਡੀ ਆ। ਕਿਹੜੀ ਕਲੱਬ ਸੀ ਆਪਣੀ? ਝਨੇਰ ਪਿੰਡ ਵੱਲੋਂ ਖੇਡਦੇ ਸੀ। ਠੀਕ ਆ, ਠੀਕ ਆ। ਪ੍ਰੇਮ ਝਨੇਰ ਹੋ ਗਿਆ, ਦਿਲਬਰ ਝਨੇਰ, ਮਨਜੀਤ। ਠੀਕ ਆ ਜੀ, ਵਧੀਆ ਟੀਮ ਸੀ। ਸਹੀ ਆ, ਸਹੀ ਆ ਜੀ। ਉਹ ਟਾਈਮ ਦੇ ਵਿੱਚ ਨੈੱਟ ਵਗੈਰਾ ਨਹੀਂ, ਜਿਹਦੇ ਕਰਕੇ ਬੰਦੇ ਸਾਹਮਣੇ ਨਹੀਂ ਆ ਪਾਏ, ਹੈ ਨਾ ਜੀ? ਨੈੱਟ ਨੁੱਟ ਕਿਸੇ ਫੋਨ ਵੀ ਨਹੀਂ ਹੁੰਦੇ ਸੀ ਜੀ, ਨਾ ਮੋਬਾਈਲ ਸੀ ਕਿਸੇ ਕੋਲ। ਸਹੀ ਆ, ਨਾ ਕੋਈ ਨਾਮ ਨੂੰ ਹੁੰਦਾ ਜੀ, ਨਾ ਕੋਈ ਮੋਟਰਸਾਈਕਲ ਰੱਖਦਾ ਜੀ, ਕੋਈ ਸਾਈਕਲ ਵੀ ਨਹੀਂ ਰੱਖਦਾ ਜੀ। ਸਿੰਪਲ ਹੀ ਨਾਮ ਹੁੰਦੇ ਸੀ, ਸਿੰਪਲ ਬਸ, ਛੋਟਾ ਜਿਹਾ ਕੱਪ ਹੁੰਦਾ ਜੀ ਇਹਨਾਂ ਨੇ। ਹਾਂਜੀ ਹਾਂਜੀ, ਮਗਰੋਂ ਇਹ 2010 ਤੋਂ ਬਾਅਦ ਕੱਪ ਜਿਹੜੇ ਬਣਨ ਲੱਗੇ ਨੇ ਬੱਟੇ। ਸਹੀ ਹੈ ਜੀ, ਜਦ ਤੱਕ ਛੋਟੀ ਛੋਟੀ ਟਰਾਫੀਆਂ ਨਹੀਂ ਆਉਂਦੀਆਂ ਸੀ। ਬਿਲਕੁਲ ਬਿਲਕੁਲ ਜੀ। ਅਤੇ ਕਬੂਤਰਾਂ ਦਾ ਸ਼ੌਂਕ ਤੁਹਾਨੂੰ ਕਿੱਥੋਂ ਹੈਗਾ ਸੀ? ਇਹ ਬਚਪਨ ਤੋਂ ਸੀ ਜੀ, ਆਪਣੇ ਘਰ ਦੇ ਕੋਲ ਰੱਖੇ ਸੀ ਮੁੰਡੇ ਦੇ। ਠੀਕ ਹੈ ਜੀ। ਉਹਨਾਂ ਦੇ ਮਾੜਾ ਮੁੰਡਾ ਘਰੇ ਜਾਂਦੇ ਸੀ ਨਿੱਕੇ ਨਿੱਕੇ ਜਿਹੇ ਹੁੰਦੇ, 90 ਚ ਆਪਾਂ ਘਰੇ ਰੱਖ ਲਏ। ਅਤੇ ਤੁਸੀਂ ਬਾਜ਼ੀਆਂ ਕਦੋਂ ਛੱਡਣੀਆਂ ਸ਼ੁਰੂ ਕੀਤੀਆਂ? ਅਸੀਂ ਲੱਗ ਗਏ ਜੀ 95-97 ਬਾਜ਼ੀ ਨਾਲ। ਠੀਕ ਆ, ਠੀਕ ਆ। ਕਹਿੰਦਾ ਮਤਲਬ ਪੁਰਾਣੇ ਖਿਡਾਰੀਆਂ ਦੇ ਨਾਲ ਤੁਸੀਂ ਬਾਜ਼ੀਆਂ ਛੱਡੀਆਂ ਹੋਈਆਂ? ਹਾਂ ਜੀ, 95-96 ਚ ਬਾਜ਼ਾ ਕਬੱਡੀ ਖੇਡਦੇ ਹੁੰਦੇ ਸੀ, 2-4 ਕਬਾਜ਼ੇ ਛੱਡ ਦਿੰਦੇ ਸੀ। ਠੀਕ ਆ ਜੀ, ਜਾਂ 150 ਐਂਟਰੀ ਹੁੰਦੀ ਸੀ। ਸਹੀ ਆ, 150-300 ਫਿਰ ਹੋ ਗਿਆ। ਠੀਕ ਹੈ, ਹੌਲੀ ਹੌਲੀ 500 ਹੋ ਗਿਆ। ਹਾਂਜੀ ਹਾਂਜੀ, 500-1000 ਹੋ ਗਿਆ। ਤੇ ਹੌਲੀ ਹੌਲੀ ਜਿਹੜਾ ਵਾਧਾ ਗਿਆ ਘਰੇ, ਸਾਡੇ ਰੀ 250-150 ਐ, ਦੋ ਮੁੰਡਾ ਨਹੀਂ ਆਉਂਦੇ ਜੀ, ਕੋਈ 250 ਛੱਡ ਦਿੰਦੇ, ਵਿੱਚ 500 ਛੱਡ ਦਿੰਦੇ। ਜਦ ਹੁਣ ਵੀ ਘਰੇ ਰੱਖੇ ਹੋਏ ਕਬੂਤਰ ਜੀ? ਕਬੂਤਰ ਬਹੁਤ ਆ ਜੀ, ਹਰ ਸਾਲ ਬਾਜੇ ਛੱਡਦੇ। ਉੱਥੋਂ ਹੀ ਛੱਡਦੇ ਹੋ ਘਰੋਂ ਵੀ? ਪੂਰੀਆਂ ਜੀ। ਠੀਕ ਆ, ਠੀਕ ਆ। ਅਤੇ ਨਸਲਾਂ ਜਿਹੜੀਆਂ ਹੈਗੀਆਂ ਫਿਰ ਕਿਹੜੇ ਟਾਈਮ ਦੇ ਵਿੱਚ ਲਿਆਉਂਦੀਆਂ ਘਰੇ? ਇਹ ਨਸਲਾਂ ਜੀ 2005-06 'ਚ ਲਿਆਉਂਦੇ ਆ ਕਬੂਤਰ ਅਸੀਂ। 2005-06 ਜੀ, ਇੱਕ ਤਾਂ ਡੈਂਪੀ ਗੁਜਰਾਲ ਤੋਂ ਲਿਆਇਆ ਸੀ ਕਬੂਤਰ ਜੀ। ਠੀਕ ਆ ਜੀ, ਵਾਲੇ ਮੁੰਡੇ ਦੀ ਕਵਾਲ ਹੋਣੀ। ਠੀਕ ਆ ਜੀ, ਅਸੀਂ ਆਪ ਹੋਰ ਪੜ ਜਾਂਦੇ ਸੀ 2005-06 'ਚ। ਸਹੀ ਹੈ ਜੀ, ਉਹ ਕਬੂਤਰ ਨੇ। ਠੀਕ ਆ ਜੀ, ਅਤੇ ਉਹ ਤੋਂ ਬਾਅਦ ਜਾਂਦੇ ਉਹੀ ਚੱਲੇ ਆਪਣੇ। ਸਹੀ ਹੈ, ਸਹੀ ਆ। ਜਿਹੜੇ ਪੁਰਾਣੇ ਸੋਨੀ ਵੀਰੇ, ਪੁਰਾਣੇ ਖਿਡਾਰੀਆਂ ਨਾਲ ਤੇ ਫਿਰ ਤੁਸੀਂ ਬਾਜ਼ੀਆਂ ਛੱਡੀਆਂ ਹੋਣਗੀਆਂ, ਜਿਹੜੇ ਸੀਗੇ ਸਾਰਿਆਂ ਨਾਲ ਜਿਹੜੇ ਇੱਧਰ ਆਉਂਦੇ ਸੀਗੇ। ਸਾਰਿਆਂ ਨਾਲ ਤਕਰੀਬਨ। ਠੀਕ ਆ, ਠੀਕ ਆ। ਠੀਕ ਆ, ਠੀਕ ਆ। ਸਹੀ ਆ, ਸਹੀ ਆ। ਪਹਿਲਾਂ ਖਿਡਾਰ ਕਿਹੜੀ ਵਰਤਦੇ ਸੀ ਤੁਸੀਂ? ਖੇਡ ਆਪ ਹੀ ਸਿੱਖ ਸੁੱਖ ਗਿਆ ਮੁੰਡਿਆਂ, ਕਿਸੇ ਨੇ ਕੁਛ ਦੱਸਦਾ, ਕਿਸੇ ਨੇ ਕੁਛ ਦੱਸਦਾ। ਠੀਕ ਆ ਜੀ, ਖੇਡ ਦੇ ਕਰਕੇ ਅਗਲਾ ਦੱਸ ਹੀ ਦਿੰਦਾ ਜੀ ਮਾੜਾ ਮੋਟਾ ਬਸ। ਸਹੀ ਆ, ਪਜਾਉਂਦੇ ਜੀ ਮੁੰਡਿਆਂ ਕੋਲੇ, ਫਜਲੇ ਹੋਣੀ ਨੇ। ਹਾਂਜੀ, ਹੋਣੀ ਨੇ ਵਿਚਾਰੇ, ਉਹਨਾਂ ਨੇ ਮਾੜਾ ਮੋਟਾ ਦੱਸਦਾ, ਕੋਈ ਕਿਸੇ ਤੋਂ ਪੁੱਛ ਲਿਆ। ਠੀਕ ਆ, ਅਗਲਾ ਦੱਸਦੇ ਵੀ ਸਭ ਹੋ ਜਾਵੇ ਜਾਂਦਾ ਜੀ ਮੁੰਡਾ। ਅਤੇ ਗੱਡੀ ਲੈਣ 'ਤੇ ਕਦੋਂ ਚੜੀ ਫਿਰ? ਗੱਡੀ ਤਾਂ ਬਾਜ਼ੀਆਂ ਤਾਂ ਅਸੀਂ 2000 ਤੋਂ ਜਿੱਦੇ ਹੀ ਜਿੱਦੇ ਜਿੱਦੇ ਛੱਡਦੇ ਹਾਂ, ਹਰ ਸੀਜ਼ਨ ਕਿਤੇ ਹੀ ਖਾਲੀ ਗਿਆ ਉਹ। ਅੱਛਾ, 1-2 ਬਾਜ਼ੀਆਂ ਜਿੱਤ ਲੈਂਦੇ ਸਾਲ ਜਦ ਪਹਿਲਾਂ। ਹਾਂਜੀ, ਹੁਣ ਵਧੀਆ ਬਾਜ਼ੀ ਜਿੱਤ ਲੈਂਦੇ, ਜਾਣੀ ਜਿੱਦੇ ਆਹ ਕਬੂਤਰ ਆਏ ਨੇ। ਸਹੀ ਆ, ਹੁਣ ਤਾਂ ਵਧੀਆ ਬਾਜ਼ੀਆਂ 10 ਜੇ 20 ਛੱਡੀਆਂ 10 ਜਿੱਤ ਲੈਂਦੇ, ਅੱਧ ਜਿੱਤ ਹੀ ਲੈਂਦੇ। ਅੱਧ ਜਿੱਤ ਹੀ ਲੈਂਦੇ ਹੋ?
ਕੱਲਾ ਵੀ ਰਿਹਾ ਕੋਈ ਕਿਤੇ ਐਤਕੀ? ਬਹੁਤ ਰਿਹਾ ਜੀ ਕੱਲੇ ਨੂੰ, ਬਾਹਲੀਆਂ ਬਾਈਆਂ ਦੇਖੋ ਜ਼ਿਆਦਾ ਹੀ ਨਹੀਂ, ਕੱਲੇ ਕੱਲੇ ਅਲਸੂਰਪੁਰ ਛੱਡੇ ਸੀ ਆਪਾਂ, 100 ਕੂਤ ਸੀ ਆਪਣਾ, ਕੱਲੇ ਹੀ ਰਹਿ ਗਿਆ ਸੀ। ਗਰਾਰੀ ਪੂਰੀ ਅੜੀ ਹੋਊਗੀ, ਨੌ ਨੇ ਇੱਕ ਪਾਸੇ ਵੰਡ ਲਈ, ਆਪਾਂ ਵੰਡੀ ਨਹੀਂ ਕਿਸੇ ਨੂੰ। ਅੱਛਾ, ਰਸੂਲਪੁਰ? ਹਾਂ ਲਵੇ ਆਪਣੇ ਪਿੰਡ ਸਪਾਰ ਦੇ। ਕਿੰਨੀ ਐਂਟਰੀ ਸੀ ਜੀ? ਉੱਥੇ 1000 ਰੁਪਈਆ ਸੀ 100 ਕੂਤ। ਠੀਕ ਆ ਠੀਕ ਆ। ਤੇ ਬਾਜੀ ਇੱਕ ਥਾਂ ਹੀ ਸੀ? ਹਾਂ ਇੱਕ ਥਾਂ ਹੀ ਬਾਜੀ ਸੀ। ਸਹੀ ਹੈ ਸਹੀ ਹੈ। ਬਈ ਪੁਰਾਣੀ ਖਿਡਾਰਾ ਤੁਸੀਂ ਮਤਲਬ ਪੁਰਾਣੇ ਛੱਡਦੇ ਆਇਓ, ਇੱਕ ਨਾ ਬਹੁਤ ਵੱਡਾ ਇੱਕ ਨਾ ਮੰਨਾਂ ਦੇ ਮਨ ਦੇ ਵਿੱਚ ਨਾ ਹਰ ਕਿਸੇ ਦੇ ਇੱਕ ਵਹਿਮ ਜਿਹਾ ਆ, ਕੋਈ ਕਹਿੰਦਾ ਕਿ ਭੁੱਖਾ ਕਬੂਤਰ ਉੱਡਦਾ, ਕੋਈ ਕਹਿੰਦਾ ਰੱਜਾ ਕਬੂਤਰ ਉੱਡਦਾ, ਇਹਦੇ ਬਾਰੇ ਤੁਹਾਡਾ ਕੋਈ ਵਿਚਾਰ ਹੈਗਾ? ਬਾਹਲਾ ਭੁੱਖਿਆ ਵੀ ਪਾਣੀ 'ਤੇ ਵਗ ਜਾਂਦਾ। ਅੱਛਾ ਠੀਕ ਆ ਜੀ। ਇਹ ਗੋਲੀ ਜਿਹੜੀ ਆਪਾਂ ਕੀੜਿਆਂ ਵਾਲੀ ਲਾਉਂਦੇ ਹਾਂ, ਡੀ ਵਾਰਮਿੰਗ ਕਰਦੇ ਹਾਂ, ਇੱਕ ਤਾਂ ਆਪਾਂ ਜਦੋਂ ਕਬੂਤਰਾਂ ਦੇ ਪਰ ਪੱਟਦੇ ਹਾਂ ਉਹ ਤੋਂ ਪਹਿਲਾਂ ਆਪਾਂ ਲਗਾਉਂਦੇ ਹਾਂ, 10 ਕੁ ਦਿਨ ਪਹਿਲਾਂ, 15 ਕੁ ਦਿਨ ਲਾ ਲਵੇ ਪਹਿਲਾਂ, ਜਦੋਂ ਆਪਾਂ ਫਿਰ ਅਡਾਉਣੇ ਸ਼ੁਰੂ ਕਰਦੇ ਹਾਂ ਅਡਾਰਾਂ 'ਚ ਆ ਜਾਂਦੇ ਆ ਆਪਾਂ, ਜਦੋਂ ਬਾਜੀ ਛੱਡਣਾ ਹੁੰਦਾ ਕਬੂਤਰ, ਕਿੰਨੇ ਦਿਨ ਪਹਿਲਾਂ ਜਿਹੜੀ ਹੈਗੀ ਆ ਆਪਾਂ ਨੂੰ ਉਹਨੂੰ ਦੁਬਾਰਾ ਗੋਲੀ ਲਗਾ ਲੈਣੀ ਚਾਹੀਦੀ ਆ? ਜਿਵੇਂ ਹੁਣ ਆਪਾਂ ਬਾਜੀ ਛੱਡਣਾ, ਹੁਣ ਜਿਹੜੀਆਂ ਬਾਹਰਲੀਆਂ ਗੋਲੀਆਂ ਆ ਗਈਆਂ, ਹਾਂਜੀ, ਉਹਦਾ ਲੋਕ ਹਫ਼ਤਾ ਕੁ ਪਹਿਲਾਂ ਦੇ ਕੇ ਵੀ ਛੱਡ ਦਿੰਦੇ ਆ। ਠੀਕ ਆ ਜੀ। ਜਿਹੜੀ ਡੋਂਟਰ ਪਲਾਸ ਆ ਬੰਗ ਪੱਟਣ ਤੋਂ 10 ਕੁ ਦਿਨ ਪਹਿਲਾਂ। ਅੱਛਾ ਜੀ, ਦੇਣੀ ਚਾਹੀਦੀ, ਜਾਣੀ ਬੰਗ ਪੱਟੇ ਦੇਣੀ ਚਾਹੀਦੀ, ਫਿਰ ਨਹੀਂ ਜਦੋਂ ਉਡਾਰ 'ਚ ਆ ਜਾਂਦੇ ਕਬੂਤਰ, ਦੇਖੋ ਕਈ ਵਾਰ ਮਿੱਟੀ ਆਪਾਂ ਖੁਰਾਕ ਪਾਉਂਦੇ ਹਾਂ ਅੰਦਰ, ਫੇਰ ਵੀ ਮਲੱਪ ਬਣ ਜਾਂਦੇ ਆ ਕਿਉਂਕਿ 1.5-2 ਮਹੀਨੇ ਹੋ ਜਾਂਦੇ ਆ, ਉਹ ਆਪਾਂ ਕਿਹੜੀ ਗੋਲੀ ਤੁਸੀਂ ਵਰਤਦੇ ਹੋ ਉਹਦੇ ਵਾਸਤੇ? ਅਸੀਂ ਤਾਂ ਜੀ ਆ ਡਾਉਂਟਰ ਪਲੱਸ ਹੀ ਦਿੰਦੇ ਹਾਂ। ਦੁਬਾਰਾ ਵੀ ਡਾਉਂਟਰ ਲਈ ਲਾਉਂਦੇ ਹੋ? ਦੁਬਾਰਾ ਡਾਉਂਟਰ ਲੋਕ ਪਿੱਟ ਲਾ ਦਿੰਦੇ ਹਾਂ ਕਿਤੇ, ਈਜੀ ਪਿੱਟ ਲਾ ਦਿੰਦੇ, ਬਾਹਰਲੀਆਂ ਆ ਜਾਂਦੀਆਂ ਨੇ ਉਹ ਵੀ ਦੇ ਦਿੰਦੇ ਹਾਂ, ਹਫ਼ਤਾ ਕੁ ਪਹਿਲਾਂ ਦੇ ਕੇ ਛੱਡ ਦਿੰਦੇ ਹਾਂ, ਹੁਣ ਛੱਡਣਾ ਹਫ਼ਤਾ ਕੁ ਪਹਿਲਾਂ ਗੋਲੀ ਹੀ ਨਹੀਂ ਦਿੰਦੇ। ਦੇਖ ਕੇ ਰਿਜ਼ਲਟ ਲਿਆ ਤੁਸੀਂ ਉਹਦਾ? ਹਾਂ ਲਾਈਆਂ ਜੀ, ਇੱਕ ਕੈਪਸੂਲ ਜਿਹੇ ਆਏ ਨੇ ਉਹ ਵੀ ਬਹੁਤ ਵਧੀਆ ਨੇ। ਜਿਹੜੀਆਂ ਤੁਸੀਂ ਗੋਲੀਆਂ ਕਹਿੰਦੇ ਹਫ਼ਤਾ ਪਹਿਲਾਂ ਲਾਈਆਂ, ਉਹ ਮਲੱਪ ਕੱਢਦੀਆਂ ਨੇ? ਉਹ ਅੰਦਰ ਹੀ ਫੂਕ ਵਗ ਦਿੰਦੀਆਂ ਨੇ, ਇਹਨਾਂ ਦਾ ਕੱਢਦੀਆਂ ਨੇ, ਨਿਕਲੇ ਨਹੀਂ ਕਦੇ। ਹਾਂ ਪਿੱਛੇ ਫੂਕ ਦਿੰਦੀਆਂ, ਨਿਕਲੇ ਨਹੀਂ ਕਦੇ, ਨਹੀਂ ਨਿਕਲਦੇ ਨਹੀਂ। ਇਹ ਕੋਈ ਮਾੜਾ ਮੋਟਾ ਜਿਹਾ ਕੱਢਤਾ? ਦੇਖੋ ਭਾਜੀ ਜੇ ਤਾਂ ਮਲਾਪਾ ਤਾਂ ਨਿਕਲਣਾ ਹੀ ਚਾਹੀਦੇ ਆ, ਗੱਲ ਇਹ ਆ ਜੋ ਰਿਜ਼ਲਟ ਡਾਊਂਟਰ ਦਾ ਆਇਆ ਅਜੇ ਤੱਕ ਕਿਸੇ ਗੋਲੀ ਦਾ ਮੈਂ ਆਉਂਦਾ ਨਹੀਂ ਦੇਖਿਆ ਜੀ। ਡਾਊਂਟਰ ਦਾ ਬਾਲਾ, ਡਾਊਂਟਰ ਨੇ ਜਿਹੜੇ ਮਲਾਪਾ ਕੱਢਣੇ ਹੀ ਕੱਢਣੇ ਆ, ਡਾਊਂਟਰ ਦਾ ਕੱਢਦੇ ਆ ਜੀ। ਬਾਕੀ 40-45 ਕੂਤਰਾਂ ਨੂੰ ਲਾ ਦੇਵੇ ਜੀ। ਹਾਂ 40 ਤੋਂ ਘੱਟ ਨਾ ਲਾਵੇ, 40 ਤੋਂ ਸਾਰੇ ਦਾ ਨੁਕਸਾਨ ਵੀ ਕਰਦੀ ਹੈ। ਇੱਕ ਹੋਰ ਚੀਜ਼ ਆ, ਜੇਕਰ ਇੱਕ ਵਾਰ ਡਾਊਂਟਰ ਪਲੱਸ ਲਾਈਏ ਤੇ ਦੂਜੀ ਵਾਰ ਬਦਲ ਕੇ ਗੋਲੀ ਲਾਣੀ ਚਾਹੀਦੀ, ਬਦਲ ਕੇ ਲਾਉਣੀ ਚਾਹੀਦੀ ਆ, ਕੱਢਦੀਆਂ ਨੇ ਬਾਕੀ ਵੀ ਇਹ ਵਧੀਆ ਤਰੀਕੇ ਦੇ ਨਾਲ ਲੱਗਣ ਤਾਂ। ਨੀਲ ਵਾਰਮ ਜਿਹੜੀ ਉਹ ਵੀ ਵਧੀਆ ਹੈਗੀ, ਨੀਲ ਵਾਰਮ ਆ ਉਹਦਾ ਵੀ ਰਿਜ਼ਲਟ ਵਧੀਆ, ਵਿੱਚ ਅਲਵਿੰਡਾ ਜੋਲ ਆ, ਬਹੁਤ ਸਾਰੀਆਂ ਗੋਲੀਆਂ ਨੇ। ਵੀਰ ਭਰਾ ਫੋਨ ਕਰਦੇ ਰਹਿੰਦੇ ਆ, ਬਾਈ ਜੀ ਸਾਰਾ ਕੁਝ ਦੱਸਦੇ ਆ, ਇਕੱਲੀ ਇਕੱਲੀ ਚੀਜ਼ ਦੱਸ ਰਹੇ ਹਾਂ ਵੀ ਕਿੰਨੇ ਕਬੂਤਰਾਂ ਨੂੰ ਕਿਹੜੀ ਕਿੰਨੀ ਗੋਲੀ ਲੱਗਣੀ ਆ, ਅਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ। ਬਾਕੀ ਜਿਹੜੀ ਕੀੜਿਆਂ ਵਾਲੀ ਗੋਲੀ ਆ, ਮੈਂ ਜੋ ਸੋਚਦਾ ਕਿ ਜਿਹੜੀ ਡਾਊਂਟਰ ਲਾ, ਇਹ ਤਾਂ ਇੱਕ ਹਾਈ ਪਾਵਰ ਵਾਲੀ ਗੋਲੀ ਆ, ਇਹ ਤਾਂ ਅਸੀਂ ਵਾਰ ਵਾਰ ਨਹੀਂ ਲਾ ਸਕਦੇ, ਪਰ ਅਲਵਿੰਡਾ ਜੋਲ ਜਾਂ ਹਾਈ ਟੈਕ ਜਿਹੜੀ ਹੈਗੀ ਆ, 20-25 ਦਿਨ ਕਬੂਤਰਾਂ ਨੂੰ 20-25 ਦਿਨ ਬਾਅਦ ਕੁੰਡੇ 'ਚ ਪਾਉਂਦੇ ਰਹਿਣਾ ਚਾਹੀਦਾ। ਉਹਦੇ ਨਾਲ ਜਿਹੜਾ ਅੰਦਰ ਇਹਨਾਂ ਦੇ ਮਲੱਪ ਜਾਂ ਕੀੜੇ ਬਣਦੇ ਆ, ਉਹ ਜਿਹੜੇ ਨਹੀਂ ਬਣਨਗੇ, ਔਰ ਕਬੂਤਰ ਥੱਲੋਂ ਇੱਕਦਮ ਗੋਲ ਰਹਿਣਗੇ, ਸੁੱਕਣਗੇ ਨਹੀਂ। ਜਿਹੜੇ ਵੀਰ ਕਹਿੰਦੇ ਨਾ ਸਾਡੇ ਕਬੂਤਰ ਸੁੱਕਦੇ ਆ, ਉਹ ਸੁੱਕਣਗੇ ਨਹੀਂ ਜੀ, ਇਹ ਗੱਲ ਪੱਕੀ ਆ ਇਸ ਚੀਜ਼ ਨਾਲ। ਬਿਲਕੁਲ ਬਿਲਕੁਲ ਜੀ, ਉਹਨਾਂ ਵਾਸਤੇ ਹੀ ਆ, ਸਹੀ ਆ ਜੀ ਬਿਲਕੁਲ, ਇਹ ਜਿਹੜੀ ਗੱਲ ਹੈਗੀ ਆ। ਇੱਕ ਬਾਈ ਹੋਰ ਜਿਹੜੇ ਗੋਲੀ ਲਾਉਂਦੇ ਨੇ, ਕਹਿੰਦੇ ਨੇ ਕਿ ਕਬੂਤਰ ਨੂੰ ਕਈ ਬੰਦੇ ਪਹਿਲੇ ਇੱਕ ਦਿਨ ਦਾਣਾ ਹੀ ਨਹੀਂ ਯਾਰ ਪਾਉਂਦੇ, ਉਹ ਤਾਂ ਅੰਦਰੋਂ ਚਰਬੀ ਕੱਢ ਦਿੰਦੇ ਨੇ ਕਬੂਤਰਾਂ ਦੀ, ਇਹ ਇੰਨਾ ਭੁੱਖਾ ਨਹੀਂ ਰੱਖਣਾ ਚਾਹੀਦਾ ਕਬੂਤਰ ਨੂੰ ਮੇਰੇ ਹਿਸਾਬ ਨਾਲ। ਨਹੀਂ ਅਸੀਂ ਤਾਂ ਜੀ ਜਿਵੇਂ ਹੁਣ ਕੱਲ੍ਹ ਨੂੰ ਸਾਹਮਣਾ ਕਬੂਤਰ, ਅੱਜ ਰਜਾ ਦੇਣਾ ਪੂਰਾ, ਹਾਂ ਬਦਾਮਾਂ ਨਾਲ, ਹਾਂ ਪਹਿਲਾਂ ਲੋਕ ਜਿਵੇਂ ਕੱਲ੍ਹ ਨੂੰ ਸਾਹਮਣਾ, ਹਾਂਜੀ ਅੱਜ ਵੀ ਘੱਟ ਬਦਾਮ ਦਿੰਦੇ ਆ, ਉਹ ਹਾਰ ਦਾ ਕਾਰਨ ਵੀ ਉਹੀ ਆ, ਸਹੀ ਆ, ਓਡਾ ਹੋ ਜਾਂਦਾ ਕਬੂਤਰ 3-4 ਵਜੇ ਜਾ ਕੇ, ਬਿਲਕੁਲ ਜੀ ਪੂਰਾ ਰਜਾ ਦਿਓ ਕਬੂਤਰ ਨੂੰ, ਉਹ ਹਿਸਾਬ ਨਾਲ 2 ਦਿਨ ਕਿੰਨੀਆਂ ਲਾ ਦਿਓ, ਜੇ ਹੁਣ ਕੋਟੇ 'ਚ ਹੈਗੀ 1-2 ਕਿੱਲੀ ਉਹ ਹਿਸਾਬ ਨਾਲ ਘੱਟ ਦੇ ਦਿਓ, ਸਹੀ ਆ, ਵਿੱਚ ਵਿੱਚ ਪਹਿਲੇ ਦਿਨ ਹੀ ਭੁੱਖਾ ਰੱਖ ਲੈਂਦੇ ਆ, ਬਿਲਕੁਲ ਜੀ, ਉਹ 2 ਦਿਨ ਹੁਣ ਕਿਸੇ ਨੇ 3 ਲਾ ਦੀਆਂ, ਕਿਸੇ ਨੇ 2 ਲਾ ਦੀਆਂ, ਉਹ ਫਿਰ ਕੋਟਾ ਹੋ ਜਾਂਦਾ 3-4 ਵਜੇ, ਜਿਹੜੀ 5-5 ਵਜੇ ਬਾਈ ਮੁੱਕਦੀ ਆ, 4-1 ਵਜੇ ਦਾ ਜ਼ੋਰ ਨਹੀਂ ਲੱਗਦਾ, ਕਬੂਤਰ ਜਾਨ ਨਿਕਲ ਜਾਂਦੀ ਆ, ਸਹੀ ਹੈ ਸਹੀ ਹੈ, ਜੇ ਅੰਦਰ ਐਨਰਜੀ ਹੋਊਗੀ ਫੇਰ ਹੀ ਉੱਡੂਗਾ। ਬਾਕੀ ਜੀ ਸਾਡਾ ਉਸਤਾਦ ਆ ਰਿਹਾ ਸੀ ਪਿਛਲੀ ਵਾਰ, ਹਾਂਜੀ ਲਾਭਾ ਸਿੰਘ, ਲਾਭਾ ਸਿੰਘੋ ਜੀ, ਸਹੀ ਆ, ਬਹੁਤ ਸਹੀ ਆ ਸਹੀ ਆ ਜੀ। ਇਹ ਬਾਈ ਹੁਣਾਂ ਦਾ ਜੀ ਬਹੁਤ ਵਧੀਆ ਪ੍ਰੇਮ ਆ ਗੁਰਪ੍ਰੀਤ ਬਾਈ ਦਾ ਅਤੇ ਸੋਨੀ ਵੀਰ ਦਾ, ਅਤੇ ਇਹ ਕਬੂਤਰ ਨੇ ਖੁੱਡਿਆਂ ਦੇ ਵਿੱਚ ਬੰਦ ਨੇ, ਕੁਝ ਬੱਚੇ ਜਿਹੜੇ ਹੈਗੇ ਨੇ ਨਵੇਂ ਕਢਾਏ ਹੋਏ ਨੇ ਜੀ, ਤੁਹਾਨੂੰ ਸ਼ੌਂਕ ਕਰਾਉਂਦੇ ਇਹਨਾਂ ਬੱਚਿਆਂ ਦਾ, ਅਤੇ ਕਬੂਤਰ ਵੀ ਦਿਖਾਉਂਦੇ ਜਿਹੜੇ ਇਸ ਸਾਲ ਬਾਜ਼ੀਆਂ ਜਿੱਤੇ ਨੇ ਜੀ, ਹਰ ਥਾਂ 'ਤੇ ਜਿਹੜਾ ਹੈਗਾ ਆ ਵਧੀਆ ਤੋਂ ਵਧੀਆ ਜਿਹੜਾ ਸ਼ੌਂਕ ਦੇਖਣ ਨੂੰ ਮਿਲਦਾ, ਕਾਫੀ ਬੱਚੇ ਜਿਹੜੇ ਹੈਗੇ ਬਾਈ ਹੁਣਾਂ ਨੇ ਜਿਹੜੇ ਬਣਾ ਲਏ ਨੇ, ਅਤੇ ਜੋੜੇ ਲਗਭਗ ਮੇਰੇ ਖਿਆਲ ਨਾਲ ਕਾਫੀ ਤੋੜ ਦਿੱਤੇ ਨੇ, ਅਤੇ ਕੁਝ ਜੋੜੇ ਜਿਹੜੇ ਹੈਗੇ ਨੇ ਰਹਿ ਗਏ ਨੇ ਤੋੜਨ ਵਾਲੇ, ਇਹ ਦੇਖੋ ਜੀ।
ਇਹ ਵੀ ਜਿਹੜੇ ਹੈਗੇ ਬੱਚੇ ਹੀ ਨੇ। ਬਾਕੀ ਤੁਹਾਨੂੰ ਖੁੱਡਿਆਂ ਦੇ ਵਿੱਚ ਜਿਹੜੇ ਬੰਦ ਕਬੂਤਰ ਨੇ ਉਹ ਵੀ ਦਿਖਾਉਂਦੇ ਹਾਂ ਜੀ। ਇਹ ਇੱਕ ਖੁੱਡਾ ਜੀ, ਇਹਦੇ ਵਿੱਚ ਦੇਖੋ ਜੀ ਕੁਝ ਕਬੂਤਰ ਹੈਗੇ ਨੇ, ਬਹੁਤ ਹੀ ਵਧੀਆ ਵਧੀਆ ਨਸਲ ਦੇ ਕਬੂਤਰ ਨੇ ਵੀਰ ਦੇ ਕੋਲ। ਸਬਜ਼ੀ ਦਾ ਕੰਮ ਕਰਦੇ ਨੇ ਗੁਰਪ੍ਰੀਤ ਵੀਰ ਜੀ। ਬਾਈ ਇਹ ਗਿੱਜੇ ਹੋਏ ਨੇ? ਹਾਂ ਬਾਈ ਜਿੱਥੇ ਆਏ ਸੀ ਤੇ ਮੈਂ ਕਿਹਾ ਕਿਤੇ ਬਾਹਰ ਨਿਕਲ ਨਾ ਜਾਣ। ਇਹ ਦੇਖੋ ਜੀ ਖੱਟੀਆਂ ਅੱਖਾਂ ਦਾ ਕਬੂਤਰ ਆ। ਕਿੱਥੇ ਛੱਡਿਆ ਸੀ ਇਹ ਬਾਜੀ? ਧਣੋ ਛੱਡਿਆ ਸੀ। ਠੀਕ ਆ, ਜਿੱਤ ਗਿਆ ਸੀ। ਲਓ ਜੀ ਇਹ ਜੇਤੂ ਕਬੂਤਰ ਹੈ ਜੀ, ਖੱਟੀਆਂ ਅੱਖਾਂ ਦਾ। ਪਰ ਦਿਖਾਓ ਜੀ ਇਹਦੇ, ਇਹ ਦੇਖੋ ਜੀ ਪਰ ਕਬੂਤਰ ਦੇ ਬਹੁਤ ਵਧੀਆ ਜੀ। ਸਹੀ ਆ, ਪੰਜੇ ਵੀ ਦਿਖਾਣਾ ਵੀਰ ਜੀ ਇਹਦੇ। ਐ ਲਓ ਜੀ ਐ ਨੇ ਪੰਜੇ, ਬਹੁਤ ਜੁੜੇ ਨੇ। ਹਾਂ ਬੱਤਕ ਪੈਰਾ ਪਹੁੰਚਾਇਆ ਜੀ ਇਹਦਾ, ਇਹਦਾ ਬਹੁਤ ਕੱਢਦੇ ਸਾਡੇ ਕੋਲ ਬੱਤਕ ਪੈਰਾ। ਸਹੀ ਹੈ ਜੀ, ਕਈਆਂ ਦਾ ਬਹੁਤ ਜੁੜੇ ਹੁੰਦੇ ਪੈਰ। ਹਾਂਜੀ ਹਾਂਜੀ, ਆਹ ਮੋਲੀ ਜਿੱਤਿਆ ਜੀ, ਮਿਲਿਆ ਮਹੀਨੇ ਬਾਅਦ ਮਿਲਿਆ ਜੀ, ਦੋ ਦਿਨ ਘਰੇ ਉੱਡਦਾ ਰਿਹਾ ਜੀ, ਇੱਕ 22 ਨੂੰ ਛੱਡਿਆ ਫਿਰ 23 ਨੂੰ ਫਿਰ 26 ਦੀ। ਹਾਂ ਲਓ ਜੀ ਇਹ ਵੀ ਜੇਤੂ ਕਬੂਤਰ ਆ। ਕਿਹੜੇ ਪਿੰਡ ਤੋਂ ਜੇਤੂ ਆ ਜੀ? ਮੋਲੀ, ਮੋਲੀ ਤੋਂ ਜੇਤੂ ਆ ਜੀ। ਇਹ ਵੀ ਖੱਟੀਆਂ ਅੱਖਾਂ ਦਾ ਬਹੁਤ ਵਧੀਆ ਕਬੂਤਰ, ਤੇ ਪਰ ਦੇਖੋ ਜੀ ਬਹੁਤ ਚੌੜੇ ਚੌੜੇ ਪਰ ਨੇ ਇਸ ਕਬੂਤਰ ਦੇ ਵੀ। ਦਸਵੀਂ ਕਲੀ ਜਿਹੜੀ ਆ ਰਹੀ ਹੈ, ਝਾੜ ਕੇ ਜਿਹੜੇ ਹੈਗੇ ਸਾਰੋ ਇਹਨੇ ਇਸ ਟਾਈਮ ਜੋੜਿਆਂ 'ਚ ਪਾਇਆ ਹੋਇਆ ਹੈ ਕਬੂਤਰ। ਤੇ ਇਹ ਨੇ ਜੀ ਪੰਜੇ ਇਸ ਕਬੂਤਰ ਦੇ, ਆਣਸ ਕੱਢ ਰਾਜ ਨਾਲ ਦੀ ਮਿਸਾ। ਹਾਂ ਰਾਜ ਨਾਲ ਦੀ ਮਿਸਾ, ਲੌਂਸ ਕੱਢ ਜਾਂਦੇ ਨੇ ਕਾਲੇ ਜੀ। ਬਹੁਤ ਸੋਹਣਾ ਪੰਛੀ ਜੀ ਇਹ ਵੀ। ਬਾਈ ਇੱਕ ਚੀਜ਼ ਦੱਸੀ, ਬਾਈ ਦੀ ਘਰ ਵਾਲੀ ਵਾਈਫ ਭਾਬੀ ਹੁਣੀ ਬਹੁਤ ਜ਼ਿਆਦਾ ਬਾਈ ਦਾ ਸਪੋਰਟ ਕਰਦੇ ਨੇ, ਤੇ ਬਾਈ ਹੁਣੀ ਸਬਜ਼ੀ ਵੇਚਦੇ ਨੇ, ਮਗਰੋਂ ਭਾਬੀ ਹੁਣੀ ਜਿਹੜੀ ਸਾਂਭ ਸੰਭਾਲ ਕਰਦੇ ਨੇ, ਤੇ ਵਧੀਆ ਜਿਹੜਾ ਹੈਗਾ ਆ ਕਬੂਤਰਬਾਜੀ ਕਰਦੇ ਨੇ। ਬਹੁਤ ਪ੍ਰੇਮ ਆ ਬਾਈ ਹੁਣਾਂ ਦਾ, ਬਹੁਤ ਹੀ ਤਾਲਮੇਲ ਵਧੀਆ ਜੀ, ਚੰਗਾ ਲੱਗਾ ਬਾਈ ਹੁਣਾਂ ਨੂੰ ਮਿਲ ਕੇ। ਇਹ ਸ਼ਾਹ ਅੱਖਾ ਕਬੂਤਰ ਬਹੁਤ ਵਧੀਆ ਜਿਹੜਾ ਤੁਸੀਂ ਦੇਖਿਆ। ਐ ਲਓ ਜੀ ਇੱਕ ਮੌਜਾ ਫੜਿਆ ਬਾਈ ਹੁਣਾਂ ਨੇ ਸ਼ਾਹ ਅੱਖਾ। ਨਾਰਾ ਮਾਦੀ ਨਾਰਾ ਬਾਈ ਜੀ, ਇਹਨਾਂ ਦੇ ਨਾ ਜਿਹੜੀਆਂ ਲੀਖਾਂ ਆ ਨਾ ਇਹਦੇ ਵਾਸਤੇ ਨੋਟਿਕਸ ਪਾਊਡਰ ਲਾ ਦਿਓ, ਬਹੁਤ ਹੀ ਛੇਤੀ ਜਿਹੜੀਆਂ ਹਟ ਜਾਂਦੀਆਂ। ਐ ਲਓ ਜੀ ਆਹ ਦੇਖੋ ਮੌਜ ਕਿੰਨੀ ਹੈ, ਦੇਖੋ ਜੀ ਪੈਰਾਂ ਤੇ ਲੰਬੇ ਲੰਬੇ ਡੱਕੇ ਨੇ ਇਸ ਕਬੂਤਰ ਦੇ ਜੀ। ਇਹ ਮੋਰ ਕਿਉਂ ਕਬੂਤਰਾਂ 'ਚ ਮਿਸਾ ਜੀ? ਸਹੀ ਹੈ ਜੀ, ਬਹੁਤ ਵਧੀਆ ਜੀ। ਐ ਲਓ ਜੀ ਹਰੀਆਂ ਅੱਖਾਂ ਨੇ ਦੇਖੋ, ਐ ਲਓ ਜੀ ਇਹ ਹਰੀਆਂ ਅੱਖਾਂ ਦਾ ਬਾਈ ਹੁਣ ਦਾ ਕਬੂਤਰ। ਬੋੜਾ ਵਾ ਕਬੂਤਰਾ ਜੀ, ਇਹ ਬੱਚੇ ਲਾਤ ਬਹੁਤ ਉੜਦੇ ਇਹਨਾਂ ਦੀ। ਸਹੀ ਹੈ ਜੀ, ਆਹ ਬਾਈ ਇੱਥੇ ਆ ਦੋ, ਦੂਜੀ ਬਾਈ ਜਿੱਤ ਕੇ ਰਾਤ ਨੂੰ 2:30 ਵਜੇ ਆਇਆ ਇਹ ਘਰੇ। ਪਰ ਵੀ ਬਹੁਤ ਸੋਹਣੇ ਨੇ, ਬਹੁਤ ਵਧੀਆ ਬਾਈ ਜੀ। ਦੋ ਵਾਰੀ ਜਿੱਤੇ, ਹਰੀਆਂ ਅੱਖਾਂ ਨੇ ਇਹਨਾਂ ਦੀਆਂ। ਸਹੀ ਹੈ ਜੀ, ਇਹ ਕੱਢਦੇ ਹਰੀਆਂ ਅੱਖਾਂ, ਬਾਹਰ ਲੜਾ ਹੋਇਆ ਘਰ ਦੇ, ਬਹੁਤ ਵਧੀਆ। ਆ ਜਾ ਇੱਧਰ ਦਿਖਾ, ਆਹ ਲਓ ਜੀ ਇਹ ਇੱਕ ਬਾਈ ਦਾ ਖੁੱਡਾ ਜੀ, ਇਹਦੇ ਵਿੱਚ ਇੱਕ ਦੋ ਜੋੜੇ ਲੱਗੇ ਹੋਏ ਨੇ। ਲਓ ਜੀ ਨੀਲੀ ਨੋਕ ਵਾਲਾ, ਬਹੁਤ ਵਧੀਆ ਜੀ। ਪਰ ਵੀ ਬਿਲਕੁਲ ਲੌਂਸ ਜਿਹੜਾ ਕਾਲਾ ਜਿਹਾ ਲੌਂਸ, ਪੈਰ ਦੇਖੋ ਜੁੜੇ, ਇਹਦੇ ਵੀ ਪੈਰ ਜੁੜੇ ਹੋਏ ਜੁੜੇ। ਸਹੀ ਹੈ ਜੀ, ਇਹ ਲਓ ਜੀ ਇਹ ਬੱਚਾ ਇੱਕ ਕੱਢਿਆ ਛੋਟਾ ਜਿਹਾ, ਇੱਕ ਚੋ ਬੱਚਾ ਨਿਕਲ ਰਿਹਾ ਜੀ, ਬਿਲਕੁਲ ਛੋਟਾ ਅੱਜ ਹੀ ਕੱਢਿਆ। ਐ ਲਓ ਜੀ ਅੰਦਰ ਹੀ ਆਪਾਂ ਚੱਲਦੇ ਹਾਂ, ਅੰਦਰ ਹੀ ਚੱਲਦੇ ਹਾਂ, ਅੰਦਰ ਹੀ ਚੱਲ ਅੰਦਰ ਚੱਲ ਲੈਂਦਾ ਕੁੰਡੀ ਲਾ ਦੇਣਾ ਸਾਨੂੰ। ਆਜੋ ਤੁਸੀਂ ਬੇਸ਼ੱਕ ਅੰਦਰ ਜੀ,
कबूतर पूरे सिरा ने ए बाई ने फड़ी है जी एक कबूतर चिट्टियां अखां ने ये देखो जी आख बहुत वधिया जी पर दिखाओ जी ये लो जी सही है जी ए ने जी ये पंजे बहुत वधिया जी ये तो मेरे जत्ती थी भाई मंडी नहीं थी उन्हें पंज तो मंडी हुई थी अपनी नहीं मंडी हुई थी तीजे ने उतर रह गई थी ठीक है छह नब्बे कबूतर हो गए उड़ी बहुत है कांटा मैच उड़ी है सही है मैच है भी वो अपने ही बंदे थी वो कि ना नहीं मंडी गई थी सही है आप पानू नहीं चल हार गई बस तीजे ने उतर बहुत वधिया जी कालसरा फड़िया वीर ने कबूतर चिट्टियां अखां जी दो बाजियां जेतू है जी अच्छा जी बहुत सोहना जी पंजे करो थले देखो जी बहुत वधिया जी भाई लो जी एक चिट्टियां अखां दा नीली नोक दा कबूतर घर मैं छड्डदा नहीं थी बारह एक बजे बह जांदा थी कबूतर ठीक है जी मेरे घर वाली कहिंदी रहण दे तूं छड्ड ही भाई जित्तू आ केड़ी छड्डा छड्डी ओहदा तड़के अठ बजे चली गई कबूतर बैठे ही अठ बजे रात नूं भैं सही है जी इह घरे ग्यारह बारह बजे बहिंदा थी छड्डिया ही थी पर पूरे दिखने चाहिए ठीक है बहुत वधिया वधिया कबूतर ने बाई होना दे कोल जी पंजे पैरां ते छोटे छोटे डक्के भी ने जी छपार तो जेतू कबूतरी इन्हां दी अखां दे विच लाल गई आ थोड़ी थोड़ी देखो जी पर कबूतरी लगभग सारे कबूतर के पर जेडे दसवीं नौवीं कली जी आ रही है पूछ का एक पर कला जी एदा ए नहीं जी पंजे ये भी जीती हुई है हाँ ये कितों जीती है ये इधर कराणो जीती थी देखो जी लाल गई इन्हां दी अखां कालनों की है और अखां पूरियां बाहर नूं आ कल्याण कल्याण तो दोनों
हेलो जी नवे भार आ रहे ने जी ये झाड़े दे बेचने थोड़े है देखो बहुत वधिया वधिया पंछी ने देखो जी एक तुहानू कबूतरी दिखाने आ पेंट छड्डी दी भाई लंबाई पर मेनू छे पिंड ला दे पैसे फिर छुट्टे छे 8 बजे कबूतरी है काला कंड कीता होया जी एदा ए छड्डी नहीं भाजी नहीं भाई बचन मैं बचन रख लेना बाद मैं थोड़ी ही छड़ दो सही है जी पर भी बहुत सोहने जी ए चिणे हुए पर ने जी देखो एकदम 90 डिग्री खोले हुए ने जी पर ते पल चढ़िया पया जी एदा मेरे दा घराली बन छांव दी ओही दाना पानी पाउंदे आ पानी भी आ लो जी पंजे भी कबूतरी दे बहुत ज्यादा अड़ावे कबूतर ने बंद पूछ आई ऐसी बिलकुल देखो एक परते है जी ए पंजे ने जी कबूतर दे देखो पर कबूतर सांभ संभाल भी जी पूरी वधिया है जी ना पंछियों की ये चीने ये भाई ये जत्ती दी ये छड्डी नहीं थी बजन रख ली थी ठीक हो जानी थी करे अच्छा गोरपी लीला छाड़ती हूं मैं यार देरी कबूरी खूब मैं तो छाड़ दवा आड़ी अपना चलो अब पै ले जो चलो उत्ते चौथी पांच में हार गई हब पै जा कर करके दी ओ आड़ी करके मैं छड़ी दी ओदे ओदा अपन आड़ी आ ओ ता मैं खून नहीं दंदा कहे तेन दो कबूरी चलो ना टैंकी दे बह गई ओने मेनू देती थी फड़ के सही है जी ਇਹ ਕੋਈ ਛੱਡਣੀ ਨਹੀਂ ਦੀ ਬਾਈ ਪੱਲਾ ਖੜ ਜਾਂਦਾ ਬਾਈ ਜ਼ੋਰ ਵੱਧ ਲਾ ਜਾਂਦੀ ਸੀ ਕਰੀ ਨਹੀਂ ਕਰਦੀ ਸੀ 2:30 ਵਜੇ ਬਾਈ 3 ਵਜੇ ਬਾਈ ਨੇ ਬੜੀ ਤੜਕੇ ਦੇ ਚੱਕਰੀ ਮਜੇ ਕਿਤੇ ਫਰ ਖੜ ਜਾ ਕਰੇ ਸਹੀ ਹੈ ਜੀ ਇੱਕ ਆਦਤ ਹੈ ਆ ਲਓ ਜੀ ਇੱਕ ਚਿਟੀਆਂ ਅੱਖਾਂ ਦਾ ਬੱਚਾ ਦੇਖੋ ਕਬੂਤਰੀ ਹੈ ਕਬੂਤਰੀ ਹੈ ਝਾੜੇ ਦੇ ਵਿੱਚ ਹੈ ਹਾਂ ਜੀ ਪਰ ਵੀ ਜਿਹੜੇ ਝਾੜੇ ਹੋਏ ਨੇ ਜੀ ਇਹਦੇ ਕਲੀਆਂ चिट्टियां अखां बहुत चंगी कबूतरी जी लाल गी थोड़ी थोड़ी अखां दे विच डोरा लाल बनदा होया और पर भी बहुत वधिया जी झाड़े दे विच ने भी नवे पर जड़े आ रहे ने हेलो खटियां दा नर बाकी तुहानू शौक करा दिने बाई दे कबूतरां दा सारियां दा जी ये एक छोटा जिहा बच्चा आ ये भी रोक लिया जी बहुत वधिया वधिया पंछी बाई हुणां दे कोल Thank you.
ਆ ਦੇਖੋ ਨੀਲੇ ਮੋਢਿਆਂ ਵਾਲਾ ਆ ਨੀਲੇ ਮੋਢਿਆਂ ਵਾਲਾ ਵੀ ਆਉਣਾ ਚਾਹੀਏ ਜੀ ਹਾਂ ਵੀਰੇ ਸਾਰੇ ਇੱਕ ਹੀ ਆਇਆ ਮੈਂ ਇੱਕ ਡੈਂਪੀ ਤੋਂ 10 ਸਾਲ ਪਹਿਲਾਂ ਲਿਆ ਸੀ ਵੀਰੇ ਸਹੀ ਆ ਉਹਨੇ ਜਾਣਾ ਜੀ ਹੁਣ ਉਹ ਕਹਿੰਦਾ ਜਾ ਲਿਆ ਇਹ ਦੇਖੋ ਜੀ ਕਬੂਤਰ ਪੂਰਾ ਵਧੀਆ ਚਟੀਆਂ ਅੱਖਾਂ ਦਾ ਕਬੂਤਰ ਇਹਦਾ ਭਾਈ ਵੀ 4 ਵਜੇ ਜਿੱਥੇ ਆਇਆ ਸਾਡੇ ਕੋਲ ਆ ਚੀਜ਼ ਠੀਕ ਆ ਜੀ ਇਹਦਾ ਵੀ ਇਹ ਮੈਂ ਰੱਖ ਲਿਆ ਚੂਣੀ ਤੋਂ ਲਿਆਇਆ ਦੀ ਇਹਦਾ ਭਾਈ 4 ਵਜੇ ਜਿੱਤੇ ਆ ਪੁੱਠੀਆਂ ਅੱਖਾਂ ਦੀ ਫੁੱਲ ਕਿੱਥੇ ਛੱਡੀਆਂ ਘੰਟੇ ਘੰਟੇ ਬੈਠਦੇ ਸਹੀ ਬਜਾਏ ਰੱਖ ਲਏ ਤੇ ਕੋਈ ਹਰਦੇ ਨਹੀਂ ਇਹਦਾ ਕਿੰਨੇ ਛੱਡਦੇ ਇਹ ਰਿਆਲ ਹੈ ਨਹੀਂ ਦੀ ਕੋਈ ਇਹਦਾ ਬਚਾ ਸਹੀ ਹੈ ਜੀ ਬਹੁਤ ਵਧੀਆ ਜੀ ਬਾਈ ਖੋਲ ਦੇ ਹਾਂ ਹਾਂ ਜੀ ਟਾਕੀਆਂ ਖੋਲ ਦਿਓ ਤੁਸੀਂ ਬਾਕੀ ਇਹ ਬਾਈ ਜੀ ਤੁਸੀਂ ਵੀਰ ਦੇ ਕਬੂਤਰਾਂ ਦਾ ਸ਼ੌਂਕ ਕੀਤਾ ਅਤੇ ਇਹ ਲੱਗੀਆਂ ਹੋਈਆਂ ਨੇ ਉੱਪਰ ਛਤਰੀਆਂ ਅਤੇ ਕੁਝ ਛਤਰੀਆਂ ਦੇ ਉੱਪਰ ਵੀ ਬੱਚੇ ਜਿਹੜੇ ਬੈਠੇ ਹੋਏ ਨੇ ਅਤੇ ਇਹ ਬੱਚੇ ਪਿੰਜਰਿਆਂ ਵਾਲੇ ਜੀ ਜੋ ਤੁਹਾਨੂੰ ਪਹਿਲਾਂ ਵੀ ਦਿਖਾਏ ਨੇ ਅਤੇ ਦੁਬਾਰਾ ਸ਼ੌਂਕ ਕਰਾ ਦਿੰਦੇ ਹਾਂ ਬਹੁਤ ਸੋਹਣੇ ਸੋਹਣੇ ਪੰਛੀ ਨੇ ਵੀਰ ਦੇ ਕਰੋ ਸ਼ੌਂਕ ਮੇਰੇ ਵੀਰ ਬਾਕੀ ਆਪਣੀ ਵੀਡੀਓ ਕਿੱਦਾਂ ਦੀ ਲੱਗੀ ਜ਼ਰੂਰ ਦੱਸਣਾ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਆਪਣਾ ਚੈਨਲ ਵਿਰਾਟ ਪੀਜਨ ਕਲੱਬ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤਾਂ ਜੋ ਹਰ ਆਉਣ ਵਾਲੀ ਨਵੀਂ ਵੀਡੀਓ ਤੁਸੀਂ ਛੇਤੀ ਤੋਂ ਛੇਤੀ ਦੇਖ ਸਕੋ ਨਵੀਂ ਵੀਡੀਓ ਆਉਣ ਤੱਕ ਲਈ ਇੰਤਜ਼ਾਰ ਕਰੋ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ।